ਬੰਦ ਹੋਵੇਗਾ ਮੋਹਾਲੀ ਦਾ ਬੱਸ ਅੱਡਾ। ਮਾਲ ਬਣਾਉਣ ਲਈ ਵਿਚਾਰ ਚਰਚਾ ਸ਼ੁਰੂ। ਪੰਜਾਬ ਦੇ ਇਕਲੌਤੇ ਏਅਰ ਕੰਡੀਸ਼ਨ ਮੋਹਾਲੀ ਬੱਸ ਸਟੈਂਡ ਨੂੰ ਬੰਦ ਕਰਨ ਦੀਆਂ ਤਿਆਰੀਆਂ ਆਰੰਭ ਹੋ ਗਈਆਂ ਹਨ। 350 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਬੱਸ ਸਟੈਂਡ ਵਿੱਚ ਨਾ ਤਾਂ ਮੁਸਾਫਰ ਆਉਂਦੇ ਹਨ ਅਤੇ ਨਾ ਹੀ ਇੱਥੋਂ ਕੋਈ ਬੱਸ ਸਵਾਰੀ ਲੈਂਦੀ ਹੈ। ਪਿਛਲੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਡ੍ਰੀਮ ਪ੍ਰੋਜੈਕਟ ਇਸ ਬੱਸ ਅੱਡੇ ਨੂੰ ਮਾਲ ਆਦਿ ਬਣਨ ਤੇ ਵਿਚਾਰ ਚੱਲ ਰਿਹਾ ਹੈ। ਹਾਲੇ ਹੀ ਅੱਡਾ ਪੰਜਾਬ ਦੇ ਖਜ਼ਾਨੇ ਲਈ ਸਫੇਦ ਹਾਥੀ ਬਣ ਰਿਹਾ ਹੈ। ਪੰਜਾਬ ਦੇ ਨਵੇਂ ਬਣ ਰਹੇ 15 ਬੱਸ ਅੱਡਿਆਂ ਵਿੱਚ ਵੀ ਮੋਹਾਲੀ ਦਾ ਨਾਂ ਸ਼ਾਮਲ ਨਹੀਂ ਹੈ। ਮੋਹਾਲੀ ਦੇ ਵਿਧਾਇਕ ਅਤੇ ਮੰਤਰੀ ਬਲਵੀਰ ਸਿੰਘ ਸਿੱਧੂ ਪਹਿਲਾਂ ਹੀ ਇਸ ਬੱਸ ਅੱਡੇ ਨੂੰ ਬੇਕਾਰ ਦੱਸ ਕੇ ਮੁੱਖ ਮੰਤਰੀ ਨੂੰ ਇਸ ਨੂੰ ਖਤਮ ਕਰਨ ਦੀ ਸਿਫਾਰਿਸ਼ ਕਰ ਚੁੱਕੇ ਹਨ। ਪੰਜਾਬ ਦੇ ਟਰਾਂਸਪੋਰਟ ਵਿਭਾਗ ਵਿੱਚ ਮੋਹਾਲੀ ਦਾ ਬੱਸ ਅੱਡਾ ਚਰਚਾ ਵਿੱਚ ਹੈ। ਇਸ ਅੰਤਰਰਾਜੀ ਬੱਸ ਅੱਡੇ ਦੀ ਇਮਾਰਤ ਦਾ ਉਦਘਾਟਨ 16 ਦਸੰਬਰ 2016 ਨੂੰ ਕੀਤਾ ਗਿਆ ਸੀ। ਇਸ ਦਾ ਨਿਰਮਾਣ ਪੰਜਾਬ ਬੁਨਿਆਦੀ ਵਿਕਾਸ ਢਾਂਚਾ ਵਿਭਾਗ ਵੱਲੋਂ PPP ਯੋਜਨਾ ਦੇ ਦੇਣ ਲਈ ਕਰਵਾਇਆ ਗਿਆ ਸੀ। ਇਸ ਇਮਾਰਤ ਵਿੱਚ 13 ਤੋਂ ਵੱਧ ਮੰਜ਼ਿਲਾਂ ਬਣਨੀਆਂ ਸਨ ਅਤੇ 130 ਕਮਰਿਆਂ ਵਾਲਾ 5 ਸਿਤਾਰਾ ਹੋਟਲ ਬਣਨਾ ਸੀ। ਇੱਕ ਬੈਂਕੁਇਟ ਹਾਲ ਅਤੇ ਹੈਲੀਪੈਡ ਬਣਾਇਆ ਜਾਣਾ ਸੀ। ਇਹ ਬੱਸ ਅੱਡਾ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਚਲਾਇਆ ਜਾ ਰਿਹਾ ਹੈ, ਜਿਸ ਨੂੰ ਕੰਪਨੀ ਨੇ ਕਈ ਵਾਰ ਛੱਡਣ ਦਾ ਯਤਨ ਕੀਤਾ, ਜਦੋਂ ਕਿ ਮੁਸਾਫਰ ਬਾਹਰ ਤੋਂ ਹੀ ਜਲੰਧਰ, ਲੁਧਿਆਣਾ, ਰੋਪੜ ਅਤੇ ਸ੍ਰੀ ਅਨੰਦਪੁਰ ਸਾਹਿਬ ਵੱਲ ਜਾਣ ਵਾਲੀਆਂ ਬੱਸਾਂ ਵਿੱਚ ਬੈਠਦੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਹੁਣ ਇਸ ਬੱਸ ਅੱਡੇ ਨੂੰ ਬੰਦ ਕਰਨ ਦੀ ਪ੍ਰਕਿਰਿਆ ਤੇ ਕੰਮ ਸ਼ੁਰੂ ਹੋ ਗਿਆ ਹੈ। ਸਕਾਈ ਹੱਕ ਟਾਈਮਜ਼ ਦੀ ਰਿਪੋਰਟ।